जी का खालसा, वाहिगुरु जी की फतेह। दोस्तों तुहाडे सारयां दा बहुत बहुत स्वागत करते हैं जी यूट्यूब चैनल दे उपर। जिहड़े वीर फेसबुक ते वीडियो वेख रहे जी, अपने पेज नूं फॉलो कर लिओ ते यूट्यूब वाले वीर चैनल सबसक्राइब कर लिओ। अज्ज दोस्तों आपां वीडियो लैके आए हां जी मोरनी पग दी, पंज लड़ां वाली पोचवीं पग दी वीडियो। सो मत्थे तो घट्टो घट्ट 3 उंगलां उच्ची 50 बननी आ मिनीमम, जिहड़ा कि तुसीं 3 उंगलां मत्थे तो उच्ची अपनी जिहड़ी 50 मन्निया करो। ਅਤੇ ਜਿਹੜੀ ਪੱਗ ਲਈ ਗਈ ਆ ਜੀ 5.5 ਮੀਟਰ ਫੁੱਲ ਵੈਲ ਕੱਪੜੇ ਦੇ ਵਿੱਚ ਪੱਗ ਆ, ਥੱਲੇ ਕੇਸਕੀ ਵਾਲਾ ਬੇਸ ਆ ਸਿੰਪਲ। ਕਹਿਣ ਤੋਂ ਭਾਵ ਕੋਈ ਇਹ 'ਚ ਐਂ ਨਹੀਂ ਹੈਗਾ ਜਿਵੇਂ ਹੋਰ ਪੱਗਾਂ ਦੇ ਵਿੱਚ ਆਪਾਂ ਸਾਈਡ 'ਤੇ ਫਲਾਵਟ ਲਈ ਕੱਪੜਾ ਪਾਉਂਦੇ ਜਾਂ ਕੁਛ ਵੀ, ਇਹਦੇ ਵਿੱਚ ਇੱਦਾਂ ਦਾ ਕੁਛ ਵੀ ਹੈ ਨਹੀਂ ਗਾ, ਸਿੰਪਲ ਜਿਹੜਾ ਬੇਸ ਆ। ਅਤੇ ਪੱਗ ਦਾ ਕੱਪੜਾ ਹੈਗਾ ਜੀ ਫੁੱਲ ਵੈਲ ਦਾ, 5.5 ਮੀਟਰ ਦੀ ਪੱਗ। ਪਹਿਲਾਂ ਲੜ ਸਿਰ ਦੇ ਬਿਲਕੁਲ ਆਪਾਂ ਉੱਪਰੋਂ ਦੀ ਸੈਂਟਰ ਦੀ ਲੈ ਕੇ ਆਉਣਾ, ਲੜ ਨੂੰ ਖਿੱਚ ਕੇ ਅੰਦਰ ਨੂੰ ਦੁਬਾਰਾ ਇੱਕ ਵਾਰ ਫੋਲਡ ਕਰ ਦੇਣਾ, ਵਿੱਚ ਨੂੰ ਮੋੜ ਦੇਣਾ। ਇਹਦੇ ਨਾਲ ਕੀ ਹੋਣਾ ਜੀ, ਆਪਣਾ ਲੜ ਮੋਟਾ ਹੋ ਜੂਗਾ, ਕਿਉਂਕਿ ਜਦੋਂ ਲੜ ਆਪਾਂ ਫੋਲਡ ਕਰਦੇ ਹਾਂ ਅੰਦਰ ਨੂੰ ਮੋੜਦਾ, ਡਬਲ ਲੜ ਹੋ ਜਾਂਦਾ। ਦੋ ਲੜ ਆਪਾਂ ਜਿਹੜੇ ਪੂਣੀ ਦੇ ਖੁੱਲ੍ਹਦੇ ਪਾਸੇ ਥੱਲੇ ਰੱਖੇ ਹੁੰਦੇ, ਜਦੋਂ ਤੇ ਲੜ ਘੁੰਮਦਾ ਡਬਲ ਹੋ ਜਾਂਦੇ ਆ, ਲੜ ਮੋਟਾ ਹੋ ਜਾਂਦਾ, ਸਫਾਈ ਵੀ ਵਧੀਆ ਆ ਜਾਂਦੀ ਹੈ ਅਤੇ ਮੁੜ ਕੇ ਅੱਖ ਤੋਂ ਜਿਹੜਾ ਲੜ ਖਿਸਕਦਾ ਨਹੀਂ ਹੈਗਾ। ਅਤੇ ਹਮੇਸ਼ਾ ਜਦੋਂ ਤੁਸੀਂ ਪਹਿਲਾਂ ਲੜ ਲਾਉਣਾ, ਆਪਣੀ ਆਈਬ੍ਰੋ ਕਵਰ ਕਰਨੀ ਆ ਪੂਰੀ, ਗੱਲ ਪੂਰੀ ਅੱਖ 'ਤੇ ਪੂਰੀ ਗੱਲ ਨਹੀਂ ਰੱਖਣੀ ਹੈਗੀ, ਆਈਬ੍ਰੋ ਕਵਰ ਕਰਕੇ ਅੱਖ ਤੋਂ ਲੜ ਥੋੜ੍ਹਾ ਜਿਹਾ ਉੱਪਰੋਂ ਜਾਵੇ ਜਿੱਥੇ ਲੜਦੀ, ਕਿਉਂਕਿ ਜਗ੍ਹਾ ਇੱਕ, ਅਗਰ ਆਪਾਂ ਨੂੰ ਪੂਰੀ ਜ਼ਿਆਦਾ ਅੱਖ 'ਤੇ ਗੱਲ ਢੱਕ ਕੇ ਲਾਵਾਂਗੇ ਉਹ ਕੁਝ ਸਮੇਂ ਬਾਅਦ ਖਿਸਕੂਗਾ ਅਤੇ ਉਹਦੇ 'ਚ ਵਲ ਪੈਣਗੇ। ਲੜ ਨੂੰ ਲਾਉਣਾ ਉੱਥੇ ਆ ਜਿੱਥੇ ਉਹਦੀ ਐਕਚੁਅਲ 'ਚ ਜਗ੍ਹਾ, ਅਤੇ ਫੋਲਡ ਕਰਕੇ ਡਬਲ ਕਰਕੇ ਲੜ ਨੂੰ ਲਾਉਣਾ ਹਮੇਸ਼ਾ, ਮੋਟਾ ਲੜ ਕਦੇ ਵੀ ਖਿਸਕੂਗਾ ਨਹੀਂ ਤੁਹਾਡਾ। ਫਿਰ ਅਗਲਾ ਲੜ ਉਹਨੂੰ ਜ਼ਿਆਦਾ ਆਪਾਂ ਖੋਲ੍ਹਣਾ ਨਹੀਂ ਹੈਗਾ ਦੂਸਰੇ ਪਾਸੋਂ, ਅਤੇ ਫਰੰਟ 'ਤੇ ਲਿਆ ਕੇ ਉਂਗਲੀ ਅਤੇ ਅੰਗੂਠੇ ਨਾਲ ਲੜ ਨੂੰ ਮੋੜ ਕੇ ਆਪਾਂ ਜਿਹੜਾ ਲਾ ਦੇਣਾ ਹੈਗਾ। ਅਗਲਾ ਲੜ ਫਿਰ ਉਸੇ ਤਰੀਕੇ ਨਾਲ ਪੂਣੀ ਦਾ ਮੋਟਾ ਪਾਸਾ ਬਿਲਕੁਲ ਉੱਪਰ ਲੈ ਜਾਵਾਂਗੇ ਜਿੱਥੇ ਆਪਾਂ ਪਹਿਲਾਂ ਲੜ ਲਾਇਆ, ਅੱਖ ਆਪਣਾ ਅੱਖ ਅਤੇ ਕੰਨ ਇਹ ਲੜਨਾ ਪੂਰਾ ਖਿੱਚ ਕੇ ਢੱਕ ਦਾਂਗੇ। ਇੱਕ ਵਾਰ ਅੰਗੂਠਾ ਲਾ ਕੇ ਲੜ ਨੂੰ ਆਪਾਂ ਸੈਂਟਰ 'ਚ ਰੱਖ ਲੈਣਾ, ਫਿਰ ਉਹਨੂੰ ਖਿੱਚਣਾ, ਖਿੱਚ ਕੇ ਜਿੰਨਾ ਲੜ ਆਪਣਾ ਅੱਗੇ ਤੱਕ ਫੜਿਆ ਹੋਇਆ ਉਹਨੂੰ ਸਾਰੇ ਲੜ ਨੂੰ ਸੈੱਟ ਕਰਕੇ ਉੱਪਰੋਂ ਉਂਗਲਾਂ ਦੇ ਨਾਲ ਸਾਰੇ ਲੜ ਨੂੰ ਦੁਬਾਰਾ ਇੱਕ ਵਾਰ ਮੋੜ ਕੇ, ਫਿਰ ਫਾਈਨਲ ਟੱਚ ਜਿਹੜਾ ਦੇਣਾ ਉਂਗਲੀ ਅਤੇ ਅੰਗੂਠੇ ਨਾਲ, ਇਹਨਾਂ ਨੂੰ ਹਲਕਾ ਹਲਕਾ 2 ਵਾਰ ਆਪਾਂ ਦੱਬਣਾ। ਫਿਰ ਉਸ ਤੋਂ ਬਾਅਦ ਜਿਹੜਾ ਤੀਸਰਾ ਲੜਾ, ਇਹ ਚੀਜ਼ ਦਾ ਬੜਾ ਧਿਆਨ ਰੱਖਿਓ, ਜਿਹੜੀ ਵੀਰਾਂ ਦੀ ਪ੍ਰੋਪਰ ਸ਼ੇਪ ਨਹੀਂ ਬਣਦੀ, ਗਲਾਈ 'ਚ ਨਹੀਂ ਆਉਂਦੀ, ਅਤੇ ਤੀਜਾ ਲੜਾ ਜਿਹੜਾ ਇਹਨੂੰ ਆਪਾਂ ਪੂਰਾ ਖੋਲ੍ਹ ਲੈਣਾ, ਪੂਰਾ ਖੋਲ੍ਹ ਕੇ ਜਿਵੇਂ ਆਪਾਂ ਆਪਣੇ ਸੱਜੇ ਪਾਸੇ ਵਾਲੇ ਲੜ ਉੱਪਰੋਂ ਮੋੜਦੇ ਹੁੰਦੇ ਹਾਂ, ਉਵੇਂ ਇਹ ਵਾਲੇ ਲੜ ਨੂੰ ਵੀ ਆਪਾਂ ਉੱਪਰਲੇ ਪਾਸੇ ਮੋੜ ਦੇਣਾ। ਸੋ ਹੁਣ ਇਹਦੇ ਉੱਪਰ ਆਪਣਾ ਚੌਥਾ ਅਤੇ ਪੰਜਵਾਂ ਲੜ ਲੱਗੂਗਾ, ਅਤੇ ਆਪਣੇ ਜਿਹੜੇ ਉੱਪਰਲੇ ਪਾਸੇ ਖੱਬੇ ਪਾਸੇ 3 ਲੜ ਜਿਹੜੇ ਬਣ ਜਾਣਗੇ। ਅਤੇ ਜਿਹੜਾ ਆਪਣਾ ਅਗਲਾ ਲੜ ਹੋਊਗਾ, ਫਿਰ ਜਿਹੜੇ 2 ਲੜ ਲਾਏ ਹੋਏ ਨੇ ਉਹਨਾਂ ਦੇ ਬਿਲਕੁਲ ਬਰਾਬਰ ਲੱਗੂਗਾ, ਪੂਣੀ ਦਾ ਮੋਟਾ ਪਾਸਾ ਉੱਪਰ, ਪਤਲਾ ਪਾਸਾ ਥੱਲੇ, ਪੂਰੀ ਜਿਹੜੀ ਅੱਖ ਕਵਰ ਕਰ ਲੈਣੀ ਲੜ ਪੂਰਾ ਚੰਗੀ ਤਰੀਕੇ ਨਾਲ ਖੋਲ੍ਹ ਲੈਣਾ। ਅੱਖ ਇਹ ਪਾਸੇ ਤਾਂ ਕਵਰ ਕਰਨੂਗੇ ਇਹਨਾਂ ਨੇ, ਜਦੋਂ ਆਪਾਂ ਲੜ ਨੂੰ ਮੋੜਦੇ ਹਾਂ ਐਟੋਮੈਟਿਕਲੀ ਲੜ ਉੱਪਰ ਚੱਕ ਜਾਂਦਾ, ਉਹੀ ਜੇ ਆਪਾਂ ਅੱਖ ਦੇ ਤੱਕ ਲੜ ਨੂੰ ਖੋਲ੍ਹਾਂਗੇ ਮੋੜਨ ਵੇਲੇ ਲੜ ਨੇ ਹੋਰ ਉੱਪਰ ਚੱਲ ਜਾਣਾ। ਸੋ ਆਪਾਂ ਨੂੰ ਘੱਟੋ ਘੱਟ ਲਾਸਟ ਲੜ ਦੇ ਥੱਲੇ 2-3 ਲੜ ਚਾਹੀਦੇ ਹੁੰਦੇ ਆ ਜਿਨ੍ਹਾਂ ਦੇ ਨਾਲ ਲਾਸਟ ਲੜ ਆਪਣਾ ਖੜ੍ਹੇ, ਸੋ ਇਸ ਕਰਕੇ ਇਹ ਪਾਸਾ ਅੱਖ ਤੱਕ ਪੂਰਾ ਖੋਲ੍ਹਣਾ। ਸੋ ਹੁਣ ਅਗਲਾ ਲੜ ਦੇਖੋ ਪ੍ਰੋਪਰ ਗਲਾਈ ਸ਼ੇਪ ਕਿੱਦਾਂ ਬਣਨੀ ਹੈ, ਥੱਲਿਓਂ ਜਿੰਨਾ ਪੇਚਾਂ ਦਾ ਥੱਲੇ ਵਾਲਾਂ ਦਾ ਗੈਪ ਆਈ, ਇਹਦਾ ਗੈਪ ਉਹਨਾਂ ਰੱਖ ਕੇ ਤੀਸਰੇ ਲੜ ਦੇ ਉੱਪਰ ਆਉਂਦੀ ਇਹ ਵਾਲੇ ਲੜ ਨੂੰ ਲਾ ਦੇਣਾ, ਅਤੇ ਉੱਪਰਲੇ ਪਾਸਿਓਂ ਜਿਵੇਂ ਆਪਾਂ ਖੱਬੇ ਪਾਸਿਓਂ ਸੋਰੀ ਸੱਜੇ ਪਾਸਿਓਂ ਲੜ ਨੂੰ ਆਪਾਂ ਮੋੜਨਾ। ਸੋ ਜਿੰਨੇ ਲੜ ਲਾਉਣੇ ਆ ਮੋਰਨੀ ਪੱਗ ਦੇ ਵਿੱਚ, ਸਾਰਿਆਂ ਨੂੰ ਦੋਨਾਂ ਸਾਈਡਾਂ ਤੋਂ ਕੱਪੜੇ ਨੂੰ ਆਪਾਂ ਮੋੜਾਂਗੇ, ਕਿਉਂਕਿ ਉੱਪਰੋਂ ਜਿਵੇਂ ਆਪਾਂ ਨਾਲ ਦੀ ਨਾਲ ਇਹਨਾਂ ਨੂੰ ਮੋੜਦੇ ਹਾਂ ਇੱਕ ਗਲਾਈ ਸ਼ੇਪ ਆਉਂਦੀ ਆ, ਪੱਗ ਦੀ ਪ੍ਰੋਪਰ ਸ਼ੇਪ ਬਣਦੀ ਆ, ਅਤੇ ਦੋਨਾਂ ਸਾਈਡਾਂ ਜਿਹੜੀਆਂ ਇਹਦੇ ਵਿੱਚ ਬਰਾਬਰ ਰੱਖਣੀ ਹੁੰਦੀਆਂ ਨੇ, ਜਿਵੇਂ ਪਟਿਆਲਾ ਸ਼ਾਹੀ ਦੇ ਵਿੱਚ ਇੱਕ ਸਾਈਡ ਥੱਲੇ ਹੁੰਦੀ ਆ, ਇੱਕ ਪਾਸਿਓਂ ਲੜ ਉੱਪਰ ਨੂੰ ਜਾਂਦੇ ਹੁੰਦੇ ਆ। ਸੋ ਇਹਦੇ ਵਿੱਚ ਇਹ ਸ਼ੇਪ ਦੇ ਵਿੱਚ ਦੋਨਾਂ ਸਾਈਡਾਂ ਆਪਾਂ ਬਰਾਬਰ ਰੱਖਣੀਆਂ ਹੁੰਦੀਆਂ ਨੇ, ਸੋ ਇਹ ਥੋੜ੍ਹੀ ਜਿਹੀ ਇਹਦੇ ਵਿੱਚ ਮਿਹਨਤ ਜ਼ਿਆਦਾ ਲੱਗਦੀ ਆ ਹੋਰ ਜਿਹੜੇ ਆਪਾਂ ਸ਼ੇਪ ਬੰਨਦੇ ਆ ਉਹਨਾਂ ਦੇ ਨਾਲੋਂ। ਅਤੇ ਇਹਦੇ 'ਤੇ ਹੱਥ ਟਿਕਾਉਣਾ ਵੀ ਥੋੜ੍ਹਾ ਜਿਹਾ ਔਖਾ, ਕਿਉਂਕਿ ਦੋਨਾਂ ਸਾਈਡਾਂ 'ਤੇ ਬਰਾਬਰ ਪੱਗ ਨੂੰ ਰੱਖਣਾ, ਉਹਦੀ ਪ੍ਰੋਪਰ ਸ਼ੇਪ ਲਿਆਉਣੀ, ਇਹਨੂੰ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ। ਦੂਸਰੀਆਂ ਸ਼ੇਪ ਨੇ ਜਿਹੜੀਆਂ ਪੱਗਾਂ ਬੰਨਣੀਆਂ ਤਾਂ ਇਹਦੇ ਨਾਲ ਸੌਖੀਆਂ ਨੇ। ਸੋ ਮੇਨ ਚੀਜ਼ ਪੱਗ ਦੀ ਸ਼ੇਪ ਆ, ਕੋਈ ਵੀ ਤੁਸੀਂ ਬੰਨਦੇ ਹੋ, ਜਿੰਨਾ ਚਿਰ ਸ਼ੇਪ ਸਹੀ ਨਹੀਂ ਆਉਂਦੀ ਸਮਝ ਲਓ ਉੱਥੇ ਕਿਤੇ ਨਾ ਕਿਤੇ ਕਮੀ ਆ। ਕਿਹੜੀਆਂ ਗੱਲਾਂ 'ਚ ਉਹਦੇ ਲਈ ਜਿਹੜੇ ਜਿਹੜੇ ਆਪਾਂ ਤੁਹਾਨੂੰ ਗੱਲਾਂ ਦੱਸਦੇ ਹਾਂ ਉਹ ਸਾਰਿਆਂ ਨੂੰ ਧਿਆਨ 'ਚ ਰੱਖਿਆ ਕਰੋ ਪੱਗ ਬੰਨਦੇ ਸਮੇਂ ਵੀ। ਅਤੇ ਮੇਨ ਚੀਜ਼ ਪ੍ਰੈਕਟਿਸ, ਜਿੰਨੀ ਵੱਧ ਤੋਂ ਵੱਧ ਕਰੋਗੇ ਉਨੀ ਹੈ ਨਾ ਜ਼ਿਆਦਾ ਜਿਹੜੀ ਆਪਣੇ ਲਈ ਵਧੀਆ।
ਅਤੇ ਆਪਣੀ ਜਿਹੜੀ ਪੱਗ ਉਹਦੇ ਵਿੱਚ ਇੰਪਰੂਵਮੈਂਟ ਆਊਗੀ। ਸੋ ਅੱਗੇ ਜਦੋਂ ਆਪਾਂ ਲਾਸਟ ਰੜ ਲਾਉਣਾ ਉਸ ਤੋਂ ਪਹਿਲਾਂ ਕੀ ਕਰਨਾ, ਜਿਹੜੇ ਆਪਣੇ ਲੜ ਲੱਗੇ ਹੋਏ ਨੇ ਉੱਪਰਲੇ ਪਾਸਿਓਂ ਇਹਨਾਂ ਨੂੰ ਇਕੱਲੇ ਇਕੱਲੇ ਲੜਾਂ ਨੂੰ ਆਪਾਂ ਉਂਗਲੀਆਂ ਦੇ ਨਾਲ ਮੋੜਨਾ ਹੈਗਾ। ਇਹਦੇ ਨਾਲ ਕੀ ਹੁੰਦਾ, ਸਾਰੇ ਨਾਲ ਤਾਂ ਜਿਹੜੇ ਲੜ ਹੁੰਦੇ ਆ ਉਹ ਦੱਬੇ ਜਾਂਦੇ ਆ, ਉਹਨਾਂ ਦਾ ਗੈਪ ਇੱਕੋ ਜਿਹਾ ਹੋ ਜਾਂਦਾ, ਕੋਈ ਲੜ ਜ਼ਿਆਦਾ ਉੱਪਰ ਆਇਆ ਹੁੰਦਾ ਹੈ ਨਾ, ਅਤੇ ਉਂਗਲੀਆਂ ਨਾਲ ਮੋੜ ਕੇ ਇਕੱਲੇ ਇਕੱਲੇ ਲੜ ਸਾਰੇ ਉੱਪਰੋਂ ਬਰਾਬਰ ਹੋ ਜਾਂਦੇ, ਉੱਚਾ ਨੀਵਾਂ ਜਿਹੜਾ ਲੜ ਲੱਗੇ ਹੁੰਦਾ ਉਹ ਸਹੀ ਹੋ ਜਾਂਦਾ। ਅਤੇ ਜਦੋਂ ਮੈਂ ਬੋਲ ਕੇ ਦੱਸ ਦਿੰਦਾ ਕਿ ਜਦੋਂ ਤੁਸੀਂ ਪੱਗ ਬੰਨਣੀ ਆ, ਜਿਹੜੇ ਜਿਹੜੇ ਲੜ ਲਾਈ ਜਾਣੇ ਉੱਪਰਲੇ ਪਾਸੇ ਉਹ ਮੁੜ ਹੀ ਜਾਣੇ ਆ। ਸੋ ਉੱਥੇ ਕਿਤੇ ਨਾ ਕਿਤੇ ਕਈ ਵਾਰ ਕੋਈ ਲੜ ਆਪਣੇ ਤੋਂ ਜ਼ਿਆਦਾ ਨਹੀਂ ਮੁੜਦਾ, ਫਿਰ ਜਦੋਂ ਆਪਾਂ ਬਾਅਦ 'ਚੋਂ ਓਵਰਆਲ ਸਾਰੇ ਉੱਪਰਲੇ ਲੜਾਂ ਦੇ ਉਂਗਲੀਆਂ ਨਾਲ ਉਹਨੂੰ ਦੱਬਦੇ ਹਾਂ ਤਾਂ ਅਗਰ ਕਿਤੇ ਨਾ ਕਿਤੇ ਆਪਣਾ ਰਿਹਾ ਹੁੰਦਾ ਉਹ ਸਹੀ ਹੋ ਜਾਂਦਾ, ਅਤੇ ਪੱਗ ਦੀ ਸ਼ੇਪ ਹੋਰ ਜ਼ਿਆਦਾ ਗਲਾਈ 'ਚ ਆ ਜਾਂਦੀ ਆ। ਜਦੋਂ ਸਾਰੀ ਸ਼ੇਪ ਨੂੰ ਆਪਾਂ ਸੈੱਟ ਕਰ ਲਿਆ, ਫਿਰ ਉਸ ਤੋਂ ਬਾਅਦ ਆਪਾਂ ਆਪਣਾ ਬਾਜ ਫੇਰਨਾ। ਬਾਜ ਫੇਰਨ ਦਾ ਤਰੀਕਾ ਸੇਮ ਆਪਣਾ ਜਿਹੜੀ ਸਾਰੀ ਵੀਡੀਓ 'ਚ ਦੱਸਦੇ ਹਾਂ ਕਿ ਥੋੜ੍ਹਾ ਗਲਾਈ ਦੇ ਵਿੱਚ ਬਾਜ ਫੇਰਨਾ, ਥੋੜ੍ਹਾ ਥੋੜ੍ਹਾ ਜਿਹੜਾ ਪੇਚ ਨੇ ਉਹ ਮੋਟੇ ਹੋਣਗੇ ਕਿਉਂਕਿ ਅੰਦਰ ਨੂੰ ਫੋਲਡ ਹੋਣਗੇ, ਜਿਹੜੇ ਜਿਹੜੇ ਢਿੱਲੇ ਲੜ ਹੁੰਦੇ ਆ ਉਹਨਾਂ ਨੂੰ ਅੰਦਰ ਫੋਲਡ ਹੋ ਕੇ ਪੇਚਾਂ ਨੇ ਮੋਟੇ ਹੋਣਾ, ਕਿਉਂਕਿ ਜਦੋਂ ਆਪਾਂ ਗਲਾਈ 'ਚ ਫੇਰਦੇ ਹਾਂ ਵਿੱਚ ਨੂੰ ਜਿਹੜਾ ਫਾਲਤੂ ਕੱਪੜਾ ਦਾ ਇਕੱਠਾ ਹੋ ਜਾਂਦਾ ਹੁੰਦਾ, ਅਤੇ ਸਫਾਈ ਇਹਦੇ ਨਾਲ ਵਧੀਆ ਆਉਂਦੀ ਆ। ਅਤੇ ਆ ਜਿਹੜੇ ਆਪਣੇ ਲਾਸਟ ਲੜ ਵਾਲੀ ਸਾਈਡ ਲੜ ਨੇ, ਇਹ ਘੱਟੋ ਘੱਟ ਲਾਸਟ ਲੜ ਤੋਂ ਥੱਲੇ 2 ਜਾਂ 3 ਲੜ ਆਪਣੇ ਅੱਖ ਤੱਕ ਪੂਰੇ ਖੋਲ੍ਹੇ ਹੋਣੇ ਚਾਹੀਦੇ ਨੇ, ਇਹਨਾਂ ਆਸਰੇ ਜਿਹੜਾ ਆਪਣਾ ਲਾਸਟ ਲੜ ਆ ਉਹਨੇ ਆਪਣੇ ਲੜ ਨੇ ਖੜ੍ਹਨਾ। ਸੋ ਜਦੋਂ ਲੜੇ ਪੂਰੇ ਖੋਲ੍ਹੇ ਹੋਣਗੇ ਥੱਲੇ ਲਾਸਟ ਲੜ ਲਾਉਣ ਤੋਂ ਬਾਅਦ ਵਿੱਚ, ਜਿਵੇਂ ਕਈ ਵਾਰ ਕਹੀ ਹੁੰਦਾ ਥੋੜ੍ਹੇ ਟਾਈਮ ਬਾਅਦ ਉਹ ਲੜ ਜਾ ਅੱਖ ਤੋਂ ਖਿਸਕ ਜਾਂਦਾ ਜਾਂ ਉਹਦੇ ਵਿੱਚ ਬਲ ਪੈਣ ਲੱਗ ਜਾਂਦੇ ਆ, ਸੋ ਉਹ ਚੀਜ਼ ਨਹੀਂ ਹੋਊਗੀ। ਇਹ ਚੀਜ਼ ਦਾ ਜਿਹੜਾ ਧਿਆਨ ਰੱਖਿਓ, 2-3 ਲੜ ਅੱਖ ਤੱਕ ਜਿਹੜੇ ਪੂਰੇ ਉਹ ਖੋਲ੍ਹ ਕੇ ਲਾਉਣੇ ਆ। ਕੋਸ਼ਿਸ਼ ਕਰਿਆ ਕਰੋ ਲਾਸਟ ਲੜ ਸਾਰਿਆਂ ਨੂੰ ਅਖੀਰ 'ਤੇ ਲਾਇਆ ਕਰੋ। ਕਈ ਵਾਰ ਕੀ ਹੁੰਦਾ ਆਪਾਂ ਲਾਸਟ ਲੜ ਪਹਿਲਾਂ ਲਾ ਕੇ ਫਿਰ ਜਿਹੜਾ ਕਿ ਬਾਜ ਫੇਰਨ ਲੱਗਦੇ ਹਾਂ। ਸੋ ਕਈ ਵਾਰ ਕੀ ਹੁੰਦਾ ਬਾਜ ਫੇਰਦੇ ਸਮੇਂ ਜਾਂ ਲੜ ਆਪਣਾ ਢਿੱਲਾ ਹੋ ਜਾਵੇ ਜਾਂ ਖਰਾਬ ਹੋ ਜਾਂਦਾ। ਸੋ ਲਾਸਟ ਲੜ ਬਹੁਤ ਜਿਹੜਾ ਕਿ ਇਹਨੂੰ ਪੇਸ਼ੈਂਸ ਲਾਉਣ ਰੱਖਣ ਵੇਲੇ ਰੱਖਣੀ ਆ, ਲਾਉਣ ਵੇਲੇ ਪੇਸ਼ੈਂਸ, ਕਿਉਂਕਿ ਇੱਥੇ ਆ ਕੇ ਕਈ ਵਾਰ ਕੀ ਹੁੰਦਾ ਓਵਰਆਲ ਆਪਣੀ ਪੱਗ ਬਹੁਤ ਸੈੱਟ ਆਉਂਦੀ, ਲਾਸਟ ਲੜ ਨਹੀਂ ਸਹੀ ਤਰੀਕੇ ਨਾਲ ਲੱਗਦਾ, ਇੱਥੇ ਆ ਕੇ ਮਨ ਥੋੜ੍ਹਾ ਜਿਹਾ ਖਿੱਚ ਜਾਂਦਾ। ਸੋ ਇਹ ਚੀਜ਼ ਦਾ ਧਿਆਨ ਰੱਖਣਾ, ਪਹਿਲਾਂ ਓਵਰਆਲ ਪੱਗ ਕੰਪਲੀਟ ਕਰੋ, ਉਹਦੀ ਸ਼ੇਪ ਤੁਸੀਂ ਸਹੀ ਕਰੋ ਬਾਜ ਫੇਰ ਕੇ, ਜਦੋਂ ਐਨ ਫਾਈਨਲ ਟੱਚ ਦੇਣੀ ਆ। ਇਹ ਤੋਂ ਪਹਿਲਾਂ ਤੁਸੀਂ ਸਿਰ ਵੀ ਕਵਰ ਕਰ ਸਕਦੇ ਹੋ। ਅਤੇ ਫੁੱਲ ਵੈਲ ਦਾ ਕੱਪੜੇ ਦੇ ਵਿੱਚ ਇੰਨੀ ਸ਼ੇਪ ਬਣੂਗੀ, ਇਸ ਤੋਂ ਅਗਰ ਵੱਡਾ ਸਾਈਜ਼ ਕਰਨਾ 5 ਲੜਾਂ ਦੇ ਵਿੱਚ ਥੋੜ੍ਹੀ ਜਿਹੀ ਸ਼ੇਪ ਵੱਡੀ ਚਾਹੀਦੀ ਆ, ਫਿਰ ਕੱਪੜਾ ਰੂਵੀਆ ਦਾ ਯੂਜ਼ ਕਰੋ, ਉਹਦੀ ਥੋੜ੍ਹੀ ਜਿਹੀ ਲੈਂਥ ਵੀ ਵਧਾਉਣੀ ਪੈਣੀ ਆ, ਕਿਉਂਕਿ ਇਹਨਾਂ ਦੇ ਜਦੋਂ ਸ਼ੇਪ ਵੱਡੀ ਹੁੰਦੀ ਆ ਘੇਰਾ ਵੱਡਾ ਹੋ ਜਾਂਦਾ ਲੜ ਦਾ। ਸੋ ਹੋ ਸਕਦਾ ਬਹੁਤੇ ਵੀਰਾਂ ਦੇ 5.5 ਦੇ 5 ਲੜ ਰੂਵੀਆ ਦੇ ਆ ਜਾਣ, ਬਟ ਕਿਸੇ ਨਾ ਕਿਸੇ ਦਾ ਅਗਰ ਸਿਰ ਤੁਹਾਡਾ ਕਿਸੇ ਵੀਰ ਦਾ ਵੱਡਾ ਜਾਂ ਕੇਸ ਭਾਰੀ ਨੇ, ਹੈ ਨਾ, ਬੇਸ ਵੱਡਾ ਬਣਿਆ ਤਾਂ ਫਿਰ ਲੜ ਘੱਟ ਸਕਦਾ। ਤਾਂ ਰੂਬੀਆ 'ਚ ਜਦੋਂ ਵੀ ਤੁਸੀਂ ਪੱਗ ਲੈਣੀ ਆ 5 ਲੜਾਂ ਦੀ 6 ਮੀਟਰ ਦੀ ਲੈ ਲਓ, ਅਗਰ ਲੜ ਵੱਧਦਾ ਵੀ ਮੂੰਹ ਵਿੱਚ ਲੜ ਵੱਡਾ ਰੱਖ ਕੇ ਸਹੀ ਹੋ ਜੂਗਾ, ਬਟ ਅਗਰ 5.5 ਲੈ ਕੇ ਘੱਟ ਗਿਆ ਫਿਰ ਉਹਦਾ ਮੁਸ਼ਕਲ ਆ ਜਾਂਦੀ ਆ। ਫੁੱਲ ਵੈਲ ਦੇ ਵਿੱਚ ਆਰਾਮ ਦੇ ਨਾਲ 5.5 ਦੇ 6 ਲੜ, ਸੋਰੀ 5 ਲੜ ਆ ਜਾਂਦੇ ਆ। ਅਤੇ ਇੱਕ ਗੱਲ ਹੋਰ, ਇਹ ਜਿਹੜੀ ਪੱਗ ਆ ਇਹਦੇ ਵਿੱਚ ਪੂਣੀ ਕਰਨ ਦਾ ਤਰੀਕਾ ਬਿਲਕੁਲ ਸਿੰਪਲ ਆ, ਪੂਣੀ ਦੀ ਵੀਡੀਓ ਚੈਨਲ 'ਤੇ ਪਾਈ ਹੋਈ ਆ ਆਪਣੀ ਪੂਰੀ ਐਕਸਪਲੇਨ ਕਰਕੇ। ਅਤੇ ਪੱਗ ਆ ਜਿਹੜੀ ਬਿਲਕੁਲ ਸੁੱਕੀ ਬੰਨੀ ਆ ਜੀ, ਅਤੇ ਜਿਹੜੇ ਵੀਰ ਕਹਿੰਦੇ ਆ ਕਿ ਸੁੱਕੀ ਪੱਗ 'ਚ ਸਫਾਈ ਨਹੀਂ ਆਉਂਦੀ, ਸੋ ਉਹ ਵੀ ਦੇਖ ਲੈਣ ਕਿ ਬੰਨਣ ਦਾ ਤਰੀਕਾ ਸਹੀ ਹੋਣਾ ਚਾਹੀਦਾ, ਪ੍ਰੋਪਰ ਵਧੀਆ ਕੱਪੜੇ ਦੀ ਚੋਣ ਅਤੇ ਪੱਗ ਦੀ ਵਧੀਆ ਪ੍ਰੈਕਟਿਸ, ਜਿਹੜੀ ਓਵਰਆਲ ਪੱਗ ਦੀ ਲੁੱਕ ਵਧੀਆ ਬਣਾ ਸਕਦੀ ਆ। ਹੁਣ ਵਾਰੀ ਆਉਂਦੀ ਆ ਆਪਣੇ ਸਿਰ ਦੀ, ਸਿਰ ਢਕਾਂਗੇ ਸਾਰਿਆਂ ਤੋਂ, ਜਿਹੜਾ ਆਪਾਂ ਪਹਿਲਾਂ ਲੜ ਲਾਇਆ ਸੀਗਾ ਉਹਨੂੰ ਉੱਪਰ ਵੱਲ ਖੋਲ੍ਹ ਕੇ ਚੰਗੀ ਤਰ੍ਹਾਂ ਸਿਰ ਦੇ ਉੱਪਰ ਵਿਛਾ ਲੈਣਾ, ਦੋਨਾਂ ਸਾਈਡਾਂ 'ਤੇ ਜਿਹੜਾ ਕੱਪੜਾ ਚੰਗੀ ਤਰ੍ਹਾਂ ਸਿਰ ਆਪਣਾ ਢਕ ਲੈਣਾ ਜੀ, ਆਪਾਂ ਬਾਜ ਦੇ ਨਾਲ ਦੋਨਾਂ ਸਾਈਡਾਂ ਤੋਂ ਕੱਪੜੇ ਨੂੰ ਅੰਦਰ ਕਰ ਦੇਣਾ। ਸੋ ਇਹ ਦੋਸਤੋ ਸੀਗੀ ਅੱਜ ਦੀ ਵੀਡੀਓ, ਕਿੱਦਾਂ ਲੱਗੀ ਲਾਈਕ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ। ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਸੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਨਾਲ ਬੈਲ ਆਈਕਨ ਦਬਾ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਮਿਲਦੀ ਰਹੇ। ਮਿਲਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।